एक अजिहा इलाका जिथे रहिंदे सन 15,000 लोग ओह भी सारे दे सारे लखपति ते व्यापारी पर अचानक रातों रात अजिहा की होया जिसने सब कुछ ही बदल के रख दिता ते 15,000 लोग इत्थों गायब हो गए ते सारे दा सारा इलाका वीरान हो गया। जिथे किते लखपति रहा करते सन ओह जगह हुण भूत बंगलिया वांगू सुनसान पई है। इन्नी अमीरी सी इत्थे कि इत्थे रहिण वाले अकबनी सेठ अपने महल दीआं कंधां दी जदों नींह रखदे सन उहनां दे विच सोने दे सिक्कियां नूं भरवाया करदे सन। पर किवें इत्थे रहिण वाले लोकां दे जीवन दे विच इन्नी ज्यादा उथल पुथल मच गई जिथे दुनिया भर के व्यापारी आउंदे सन। अज उस जगह नूं गोस्ट टाउन जन के भूतां दा शहर कहा जांदा है। सैकड़े घर जिहड़े तबाह होए ने ओह भी इत्थे अज मौजूद ने। बंदरगाह भी इत्थे अज मौजूद है ते उस समें दा किला भी अज इत्थे खड़ा है। इन्हां सारीआं चीज़ां तों पता लगदा है कि इत्थों दे लोक बहुत ज्यादा अमीर सन ते ऐशो आराम की जिंदगी बतीत करते सन। होर तां होर 200 साल पहलां इत्थे नदियां भी वगदियां सन पर अज इस जगह ते खुले मैदान ने ते ओह भी सारे मैदान दलदल दे नाल भरे होए ने। ओह किहड़ी घटना है जिसने इत्थों दी सारी दुनिया ही बदल के रख दित्ती ते इस जगह दा गुरु नानक देव जी दे नाल की संबंध है? सो अज दी इस वीडियो दे विच मैं तुहानूं सारीआं इन्हां चीज़ां बारे दसूंगा। सो जुड़े रहो मेरे नाल, मैं तुहाडा जसप्रीत सिंह, तुसीं देख रहे हो जो टीवी। ਇਹ ਜਗ੍ਹਾ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿੱਚ ਹੈ ਤੇ ਇਸ ਦਾ ਨਾਮ ਹੈ ਲਖਪਤ। ਕਿਹਾ ਜਾਂਦਾ ਹੈ ਕਿ ਇੱਥੋਂ ਦੇ ਲੋਕ ਲੱਖਾਂ ਦੀ ਕਮਾਈ ਕਰਦੇ ਸਨ ਜਿਸ ਦੇ ਕਾਰਨ ਹੀ ਇਹ ਜਗ੍ਹਾ ਨੂੰ ਲਖਪਤ ਨਾਮ ਦਿੱਤਾ ਗਿਆ ਸੀ। ਉਸ ਸਮੇਂ ਇੱਥੇ ਚੌਲਾਂ ਦੀ ਖੇਤੀ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਤੇ ਇਹਨਾਂ ਚੌਲਾਂ ਜਾਣ ਕੇ ਝੋਨੇ ਤੋਂ ਹੀ ਇਹਨਾਂ ਨੂੰ ਕਮਾਈ 8 ਲੱਖ ਕੌੜੀ ਹੋ ਜਾਂਦੀ ਸੀ। ਕੌੜੀ ਉਸ ਸਮੇਂ ਦੀ ਕਰੰਸੀ ਸੀ। ਇਤਿਹਾਸ ਦੀ ਮੰਨੀਏ ਤਾਂ ਲਖਪਤ ਦੇ ਨਿਵਾਸੀ ਹਰ ਰੋਜ਼ ਸਮੁੰਦਰੀ ਗਤੀਵਿਧੀਆਂ ਰਾਹੀਂ ਵੀ 1 ਲੱਖ ਕੌੜੀ ਦੀ ਕਮਾਈ ਕਰ ਲੈਂਦੇ ਸਨ। ਕੁਝ ਵੀ ਹੋਵੇ ਪਰ ਇੱਥੇ ਰਹਿਣ ਵਾਲੇ ਲੋਕ ਕਾਫੀ ਜ਼ਿਆਦਾ ਅਮੀਰ ਸਨ। ਇਸ ਚੀਜ਼ ਦੀ ਗਵਾਹੀ ਇੱਥੇ ਖੜੀਆਂ ਇਮਾਰਤਾਂ ਭਰਦੀਆਂ ਨੇ। ਇੱਥੇ ਏਅਰਪੋਰਟ ਦੇ ਵਾਂਗੂ ਇੱਕ ਕਸਟਮ ਹਾਊਸ ਵੀ ਬਣਿਆ ਹੋਇਆ ਹੈ ਜਿਹੜਾ ਕਿ ਉਸ ਸਮੇਂ ਦਾ ਹੈ ਜਦੋਂ ਇੱਥੇ ਵਪਾਰ ਕੀਤਾ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਦੇ ਉੱਪਰ ਅਲੱਗ-ਅਲੱਗ ਦੇਸ਼ਾਂ ਤੋਂ ਆਏ ਮਾਲ ਨੂੰ ਉਤਾਰਿਆ ਜਾਂਦਾ ਸੀ ਸ਼ਿਪਾਂ ਦੇ ਰਾਹੀਂ। ਇਸ ਕਸਟਮ ਹਾਊਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਜੇਕਰ ਕੋਈ ਬਾਹਰ ਤੋਂ ਜਹਾਜ਼ ਮਾਲ ਲੈ ਕੇ ਆਉਂਦਾ ਹੈ ਤਾਂ ਉਸ ਦਾ ਮਾਲ ਸਿੱਧਾ ਇਸ ਕਸਟਮ ਹਾਊਸ ਦੇ ਵਿੱਚ ਹੀ ਉਤਰਦਾ ਸੀ। ਇਸ ਜਗ੍ਹਾ ਉਸ ਸਮੇਂ ਦੀ ਹੈ ਜਦੋਂ ਇੰਡੀਆ ਤੇ ਪਾਕਿਸਤਾਨ ਇੱਕ ਹੋਇਆ ਕਰਦੇ ਸਨ ਤੇ ਲਖਪਤ ਨੂੰ ਇੰਡੀਆ ਦੀ ਕਮਰਸ਼ੀਅਲ ਹੱਬ ਕਿਹਾ ਜਾਂਦਾ ਸੀ। ਕੱਛ ਜ਼ਿਲ੍ਹੇ ਦੇ ਵਿੱਚ ਜਾਂ ਉਸ ਦੇ ਆਲੇ ਦੁਆਲੇ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜਾ ਵੀ ਮਾਲ ਪਹੁੰਚਦਾ ਸੀ ਉਹ ਸਮੁੰਦਰੀ ਰਾਸਤੇ ਰਾਹੀਂ ਸਭ ਤੋਂ ਪਹਿਲਾਂ ਲਖਪਤ ਦੇ ਵਿੱਚ ਹੀ ਪਹੁੰਚਦਾ ਸੀ। ਉੱਥੋਂ ਇਹ ਸਾਰਾ ਮਾਲ ਲਖਪਤ ਦੇ ਵਿੱਚ ਉਤਾਰਿਆ ਜਾਂਦਾ ਤੇ ਉੱਥੋਂ ਫਿਰ ਬੈਲ ਗੱਡੀਆਂ ਦੇ ਰਾਹੀਂ ਇਹ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਇਸ ਮਾਲ ਦੀ ਸਪਲਾਈ ਕਰ ਦਿੱਤੀ ਜਾਂਦੀ। ਇੱਥੋਂ ਦੇ ਪੁਰਾਣੇ ਮਕਾਨਾਂ ਦੇ ਵਿੱਚ ਤੁਸੀਂ ਅੱਜ ਵੀ ਡੂੰਘੇ ਤਹਿਖਾਨੇ ਦੇਖ ਸਕਦੇ ਹੋ ਜਿੱਥੇ ਉਸ ਸਮੇਂ ਕਰੰਸੀ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਲੁਕੋ ਕੇ ਰੱਖਿਆ ਜਾਂਦਾ ਸੀ ਤੇ ਇਹਨਾਂ ਡੂੰਘੇ ਤਹਿਖਾਨਿਆਂ ਦੇ ਵਿੱਚ ਉਸ ਸਮੇਂ ਦੇ ਕਈ ਪੁਰਾਣੇ ਦਸਤਾਵੇਜ਼ ਵੀ ਪਏ ਹੋਏ ਨੇ। ਇੱਥੇ ਇੱਕ ਕਿਲਾ ਹੈ ਜਿਹੜਾ ਉਸ ਦਾ ਦਰਵਾਜ਼ਾ ਹੈ, ਉਸ ਨੂੰ ਬੁਜਰਾਓ ਨਾਕੋ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਵੀ ਸਮਾਨ ਸਮੁੰਦਰੀ ਰਾਸਤੇ ਰਾਹੀਂ ਇਸ ਸ਼ਹਿਰ ਦੇ ਵਿੱਚ ਆਉਂਦਾ ਸੀ ਉਹ ਇਸ ਦਰਵਾਜ਼ੇ ਰਾਹੀਂ ਸ਼ਹਿਰ ਦੇ ਅੰਦਰ ਜਾਂਦਾ ਸੀ ਤੇ ਉਸ ਤੋਂ ਬਾਅਦ ਇੱਥੇ ਟੂਲ ਬੂਥ ਦੀ ਇੱਕ ਇਮਾਰਤ ਬਣੀ ਹੋਈ ਹੈ ਜਿੱਥੇ ਇਹ ਸਾਰੇ ਸਮਾਨ ਦਾ ਟੂਲ ਟੈਕਸ ਕੱਟਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਇਹ ਸਾਰੇ ਸਮਾਨ ਦਾ ਕਸਟਮ ਹਾਊਸ ਦੇ ਵਿੱਚ ਲਿਜਾ ਕੇ ਕਸਟਮ ਵੀ ਲਿਆ ਜਾਂਦਾ ਸੀ। ਇੱਥੇ ਅੱਜ ਵੀ ਉਹ ਬੰਦਰਗਾਹ ਮੌਜੂਦ ਹੈ ਜਿਸ ਨੂੰ 18ਵੀਂ ਸ਼ਤਾਬਦੀ ਦੇ ਵਿੱਚ ਬਣਾਇਆ ਗਿਆ ਸੀ। ਇਹ ਸਾਰੇ ਦਾ ਸਾਰਾ ਲਖਪਤ ਸ਼ਹਿਰ 7 ਕਿਲੋਮੀਟਰ ਲੰਬੀ ਅਤੇ 20 ਫੁੱਟ ਉੱਚੀ ਇੱਕ ਕੰਧ ਦੇ ਨਾਲ ਘਿਰਿਆ ਹੋਇਆ ਸੀ। ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮਾਲ ਅਤੇ ਸੋਨਾ ਤੇ ਹੋਰ ਕਰੰਸੀ ਹੋਣ ਦੇ ਕਾਰਨ ਹੀ ਇਹ ਕੰਧ ਨੂੰ ਇੱਕ ਸੁਰੱਖਿਆ ਦੇ ਤੌਰ ਤੇ ਬਣਾਇਆ ਗਿਆ ਸੀ ਤੇ ਇਹ ਕੰਧ ਦੇ 5 ਦਰਵਾਜ਼ੇ ਨੇ ਜਿਨ੍ਹਾਂ ਦੀ ਹਾਲਤ ਹੁਣ ਬਹੁਤ ਜ਼ਿਆਦਾ ਖਰਾਬ ਹੈ। ਇੱਥੋਂ ਦੀ ਇੱਕ ਕੰਧ ਦੇ ਉੱਪਰ ਸਰਕਾਰੀ ਬੋਰਡ ਲੱਗਿਆ ਹੈ ਜਿਸ ਦੇ ਵਿੱਚ ਅਕਬਨੀ ਭਰਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਬੋਰਡ ਦੇ ਉੱਪਰ ਲਿਖਿਆ ਗਿਆ ਹੈ ਕਿ ਜਦੋਂ ਅਕਬਨੀ ਭਰਾ ਆਪਣੇ ਲਈ ਮਹਿਲ ਬਣਾ ਰਹੇ ਸਨ ਤਾਂ ਉਹ ਆਪਣੇ ਮਹਿਲ ਦੀਆਂ ਕੰਧਾਂ ਦੇ ਵਿੱਚ ਜਿਹੜੇ ਕਿ ਉਹਨਾਂ ਦੀ ਨੀਹਾਂ ਦੇ ਵਿੱਚ ਉਸ ਸਮੇਂ ਉਹਨਾਂ ਦੇ ਸੋਨੇ ਦੇ ਸਿੱਕੇ ਭਰਵਾਏ ਸਨ। ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਜਿਹੜਾ ਕਿ ਅੱਜ ਵੀ ਬਿਲਕੁਲ ਸਹੀ ਸਲਾਮਤ ਹੈ। ਅੱਜ ਤੋਂ 500 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਮੱਕਾ ਦੀ ਯਾਤਰਾ ਦੇ ਲਈ ਨਿਕਲੇ ਸਨ ਤਾਂ ਉਹਨਾਂ ਨੇ ਇੰਡੀਆ ਦੇ ਵਿੱਚ ਜਿਹੜਾ ਆਪਣਾ ਆਖਰੀ ਪੜਾਅ ਕੀਤਾ ਸੀ ਤਾਂ ਉਹ ਇਹੀ ਸ਼ਹਿਰ ਜਾਨੀ ਕਿ ਲਖਪਤ ਦੇ ਵਿੱਚ ਹੀ ਕੀਤਾ ਸੀ ਤੇ ਜਿਹੜੇ ਘਰ ਦੇ ਵਿੱਚ ਉਹ ਰੁਕੇ ਸਨ ਬਾਅਦ ਦੇ ਵਿੱਚ ਉਹ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ। ਇਹ ਗੁਰਦੁਆਰਾ ਸਾਹਿਬ ਕਿਸੇ ਪੁਰਾਣੇ ਜ਼ਮਾਨੇ ਦੇ ਮਹਿਲ ਵਰਗਾ ਦਿਸਦਾ ਹੈ। ਇਸ ਗੁਰਦੁਆਰੇ ਦੇ ਗ੍ਰੰਥੀ ਸਿੰਘ ਦੱਸਦੇ ਨੇ ਕਿ ਇਹ ਗੁਰਦੁਆਰਾ ਬਣਨ ਤੋਂ ਪਹਿਲਾਂ ਇੱਥੇ ਇੱਕ ਘਰ ਮੌਜੂਦ ਸੀ। ਇਸ ਘਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਕਾਫੀ ਜ਼ਿਆਦਾ ਪ੍ਰੇਮ ਕਰਦੇ ਸਨ ਤੇ ਜਦੋਂ ਗੁਰੂ ਨਾਨਕ ਦੇਵ ਜੀ ਲਖਪਤ ਆਏ ਤਾਂ ਇਹ ਘਰ ਦੇ ਲੋਕਾਂ ਨੇ ਬੇਨਤੀ ਕੀਤੀ ਕਿ ਤੁਸੀਂ ਸਾਡੇ ਘਰ ਆਓ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਫਿਰ ਗੁਰੂ ਨਾਨਕ ਦੇਵ ਜੀ ਆਪਣੇ ਇੰਡੀਆ ਦੇ ਆਖਰੀ ਪੜਾਅ ਜਾਨੀ ਕਿ ਲਖਪਤ ਦੇ ਵਿੱਚ ਕਈ ਦਿਨ ਰੁਕੇ ਤੇ ਫਿਰ ਆਪਣੀ ਯਾਤਰਾ ਦੇ ਲਈ ਅੱਗੇ ਨੂੰ ਚੱਲ ਪਏ ਤੇ ਉਹਨਾਂ ਦੀਆਂ ਖੜਾਵਾਂ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ ਤੇ ਇਹ ਲਖਪਤ ਸ਼ਹਿਰ ਤੋਂ 4 ਕਿਲੋਮੀਟਰ ਦੂਰ ਹੀ ਸਿੰਧੂ ਅਤੇ ਉਸ ਦੀਆਂ ਉਪ ਨਦੀਆਂ ਵਗਦੀਆਂ ਸਨ ਤੇ ਇਹ ਨਦੀਆਂ ਹੀ ਗੁਜਰਾਤ ਨੂੰ ਸਿੰਧ ਦੇ ਨਾਲ ਜੋੜਦੀਆਂ ਸਨ। ਇਹ ਨਦੀਆਂ ਰਾਹੀਂ ਹੀ ਸਮੁੰਦਰੀ ਜਹਾਜ਼ ਪਹਿਲਾਂ ਸਮੁੰਦਰ ਦੇ ਵਿੱਚ ਪਹੁੰਚਦੇ ਸਨ ਤੇ ਫਿਰ ਉੱਥੋਂ ਅੱਡ-ਅੱਡ ਦੇਸ਼ਾਂ ਦੇ ਵਿੱਚ ਜਾ ਕੇ ਵਪਾਰ ਕਰਦੇ ਸਨ ਤੇ ਉਹਨਾਂ ਜਹਾਜ਼ਾਂ ਦਾ ਇੱਥੋਂ ਨਿਕਲ ਕੇ ਵਿਦੇਸ਼ਾਂ ਤੱਕ ਵਪਾਰ ਕਰਨ ਦਾ ਜਿਹੜਾ ਇਹ ਰਾਸਤਾ ਸੀ ਇਹੀ ਇਹ ਲਖਪਤ ਦੇ ਲੋਕਾਂ ਦੀ ਕਮਾਈ ਦਾ ਮੁੱਖ ਸਾਧਨ ਸੀ। ਪਰ ਫਿਰ ਕੁਝ ਅਜਿਹਾ ਹੋਇਆ ਕਿ ਲਖਪਤ ਦੀਆਂ ਨਦੀਆਂ ਨੇ ਆਪਣਾ ਰਾਹ ਬਦਲ ਲਿਆ। ਰਾਹ ਵੀ ਇਸ ਤਰ੍ਹਾਂ ਦੇ ਨਾਲ ਬਦਲਿਆ ਕਿ ਲਖਪਤ ਦੇ ਵਿੱਚ ਕੋਈ ਪਾਣੀ ਦੀ ਇੱਕ ਝੀਲ ਤੱਕ ਵੀ ਨਾ ਬਚੀ। 1819 ਤੱਕ ਲਖਪਤ ਦੇ ਵਿੱਚ ਬਹੁਤ ਵੱਡੇ ਲੈਵਲ ਦਾ ਵਪਾਰ ਕੀਤਾ ਜਾਂਦਾ ਸੀ ਪਰ ਫਿਰ ਇੱਥੇ
ਆਉਂਦਾ ਹੈ ਇੱਕ ਭਿਆਨਕ ਭੂਚਾਲ ਤੇ ਭੂਚਾਲ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਹੈ ਜਿਸ ਦੇ ਕਾਰਨ ਇੱਥੋਂ ਦੀਆਂ ਨਦੀਆਂ ਆਪਣਾ ਰਾਹ ਬਦਲ ਲੈਂਦੀਆਂ ਨੇ ਉਸ ਭੂਚਾਲ ਦੇ ਕਾਰਨ ਨਦੀਆਂ ਨਾਰਥ ਵੈਸਟ ਤੱਕ ਚਲੀਆਂ ਗਈਆਂ ਤੇ ਉਹਨਾਂ ਦਾ ਪਾਣੀ ਅੱਜ ਤੱਕ ਵੀ ਲਖਪਤ ਦੇ ਵਿੱਚ ਨਹੀਂ ਪਹੁੰਚਿਆ ਜਿਸ ਦੇ ਕਾਰਨ ਹੀ ਅੱਜ ਇੱਥੇ ਸਭ ਕੁਝ ਵਿਰਾਨ ਤੇ ਸੁੰਨਸਾਨ ਤੇ ਬੰਜਰ ਹੋ ਗਿਆ ਹੈ ਇਹ ਭੂਚਾਲ ਇੰਨਾ ਜ਼ਿਆਦਾ ਭਿਆਨਕ ਸੀ ਜਿਸ ਦੇ ਕਾਰਨ ਲਖਪਤ ਦੇ 45 ਕਿਲੋਮੀਟਰ ਨਾਰਥ ਦੇ ਵਿੱਚ ਇੱਕ ਪਠਾਰ ਬਣ ਗਿਆ ਜਿਹੜਾ ਕਿ 16 ਕਿਲੋਮੀਟਰ ਚੌੜਾ ਹੈ ਤੇ 6 ਮੀਟਰ ਉੱਚਾ ਹੈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 200 ਸਾਲ ਪਹਿਲਾਂ ਇੱਥੇ ਕੋਈ ਵੀ ਅਜਿਹਾ ਪਠਾਰ ਮੌਜੂਦ ਨਹੀਂ ਸੀ ਇਹ ਪਠਾਰ ਭੂਚਾਲ ਦੇ ਕਾਰਨ ਹੀ ਬਣਿਆ ਹੈ ਪਾਣੀ ਦੀ ਕਮੀ ਦੇ ਕਾਰਨ ਇੱਥੇ ਝੋਨੇ ਜਾਂ ਕਹੀਏ ਚੌਲਾਂ ਦੀ ਜਿਹੜੀ ਇੰਨੀ ਜ਼ਿਆਦਾ ਪੈਦਾਵਾਰ ਹੁੰਦੀ ਸੀ ਜਿਸ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਕਮਾਈ ਸੀ ਉਹ ਵੀ ਬੰਦ ਹੋ ਗਈ ਤੇ ਸਾਰਾ ਕੁਝ ਠੱਪ ਹੋ ਗਿਆ ਤੇ ਨਦੀਆਂ ਇੱਥੋਂ ਦੂਰ ਜਾਣ ਦੇ ਕਾਰਨ ਇਹਨਾਂ ਦਾ ਸਮੁੰਦਰੀ ਵਪਾਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਉਹ ਵੀ ਬੰਦ ਹੋ ਗਿਆ ਜਿਸ ਦੇ ਕਾਰਨ ਹੌਲੀ ਹੌਲੀ ਇਹ ਪਿੰਡ ਖਾਲੀ ਹੁੰਦਾ ਗਿਆ ਕਿਉਂਕਿ ਇੱਥੇ ਵਪਾਰ ਕਰਨ ਦਾ ਜਾਂ ਪੈਸਾ ਕਮਾਉਣ ਦਾ ਕੋਈ ਵੀ ਰਾਹ ਹੁਣ ਨਹੀਂ ਬਚਿਆ ਸੀ 1820 ਆਉਂਦੇ ਤੱਕ ਜਾਣੀ ਕਿ ਸਿਰਫ 1 ਸਾਲ ਦੇ ਵਿੱਚ ਹੀ ਇੱਥੇ ਸਿਰਫ 6000 ਲੋਕ ਹੀ ਰਹਿ ਗਏ ਸਨ ਉਹ ਵੀ ਸਾਰੇ ਦੇ ਸਾਰੇ ਵਿਦੇਸ਼ੀ ਵਪਾਰੀ ਸਨ ਜਿਹੜੇ ਬਾਹਰ ਤੋਂ ਇੱਥੇ ਆ ਕੇ ਵਸੇ ਸਨ ਤੇ ਹੌਲੀ ਹੌਲੀ ਕਰਕੇ ਜਿਹੜੇ ਇੱਥੇ ਮਾੜੇ ਮੋਟੇ ਕਮਾਈ ਦੇ ਸਾਧਨ ਬਚੇ ਸਨ ਉਹ ਵੀ ਖਤਮ ਹੁੰਦੇ ਗਏ ਤੇ ਲਖਪਤ ਗਰੀਬ ਤੋਂ ਗਰੀਬ ਹੁੰਦਾ ਗਿਆ ਤੇ ਉਸ ਤੋਂ ਬਾਅਦ ਇਹ ਸਾਰੇ ਦਾ ਸਾਰਾ ਸ਼ਹਿਰ ਵਿਰਾਨ ਹੋ ਗਿਆ ਤੇ ਇਸ ਸਾਰੇ ਵਿਰਾਨ ਹੋਏ ਸ਼ਹਿਰ ਨੂੰ ਜਾਨਕਿ ਇਸ ਸਾਰੀ ਸ਼ਹਿਰ ਦੀ ਬਰਬਾਦੀ ਨੂੰ ਇੱਕ ਸ਼ਰਾਪ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ ਜਿਹੜਾ ਕਿ ਇੱਥੋਂ ਦੇ ਇੱਕ ਮੁਸਲਮਾਨ ਸ਼ਾਸਕ ਫਤਿਹ ਮੁਹੰਮਦ ਦੇ ਨਾਮ ਨਾਲ ਜੁੜਿਆ ਹੈ ਕਿਹਾ ਜਾਂਦਾ ਹੈ ਕਿ ਫਤਿਹ ਮੁਹੰਮਦ ਆਪਣੇ ਇੱਕ ਨਾਲ ਦੇ ਪਿੰਡ ਨੂੰ ਲੁੱਟਣਾ ਚਾਹੁੰਦਾ ਸੀ ਪਰ ਉੱਥੇ ਇੱਕ ਸੂਫੀ ਸੰਤ ਰਿਹਾ ਕਰਦਾ ਸੀ ਬਾਅਦ ਦੇ ਵਿੱਚ ਸੂਫੀ ਸੰਤ ਹੱਜ ਕਰਨ ਲਈ ਚਲਾ ਗਿਆ ਤੇ ਇਹ ਚੀਜ਼ ਦਾ ਫਾਇਦਾ ਚੱਕਦੇ ਹੋਏ ਫਤਿਹ ਮੁਹੰਮਦ ਨੇ ਉਸ ਪਿੰਡ ਦੇ ਉੱਪਰ ਹਮਲਾ ਕਰ ਦਿੱਤਾ ਤੇ ਉੱਥੋਂ ਸਭ ਕੁਝ ਲੁੱਟ ਲਿਆ ਤੇ ਜਦੋਂ ਇਹ ਸੰਤ ਹੱਜ ਕਰਕੇ ਵਾਪਸ ਆਪਣੇ ਪਿੰਡ ਆਇਆ ਤਾਂ ਉਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਸੰਤ ਨੂੰ ਇਹ ਸਾਰੀ ਗੱਲ ਦੱਸੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਹੀ ਸੂਫੀ ਸੰਤ ਨੇ ਸਭ ਕੁਝ ਸੁਣ ਕੇ ਬਚਨ ਕਰ ਦਿੱਤਾ ਸੀ ਕਿ ਜਿਸ ਨੇ ਵੀ ਤੁਹਾਨੂੰ ਲੁੱਟਿਆ ਹੈ ਉਹ ਬਰਬਾਦ ਹੋ ਜਾਵੇਗਾ ਕਿਹਾ ਜਾਂਦਾ ਹੈ ਕਿ ਉਸ ਸ਼ਰਾਪ ਦੇ ਕਾਰਨ ਹੀ ਇੱਥੇ ਐਡੀ ਵੱਡੀ ਤਬਾਹੀ ਆਈ ਤੇ ਜਿਸ ਦੇ ਕਾਰਨ ਇੱਥੋਂ ਦੀ ਅਮੀਰੀ ਅਤੇ ਇੱਥੋਂ ਦਾ ਰੁਜ਼ਗਾਰ ਖਤਮ ਹੋ ਗਿਆ ਇਹ ਸਾਂਝੀ ਲਖਪਤ ਸ਼ਹਿਰ ਦੇ ਬਾਰੇ ਕੁਝ ਰੌਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ